हां जी ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉਤੇ ਅੱਜ ਵੀ ਜਿਹੜੀ ਹੈਗੇ ਸੁਣਨ ਵਾਲਾ ਕੁਝ ਪੀਪੀਆ ਟਾਈਮਲਾਈਨ ਸ਼ੇਅਰ ਕਰਨੀ ਹੈ ਜੋ ਕਿ ਖਾਸ ਕਰਕੇ ਮੇਰੇ ਲਈ ਸਪੌਸਲ ਓਪਨ ਕਰਨ ਦੀ ਪੀਪੀਆ ਟਾਈਮਲਾਈਨ ਸਾਈਂ ਗਿਆ ਨੇ ਗਿਆਮ ਜੋ ਕਿ ਸੁਣ ਲਈ ਇੰਪੋਰਟੈਂਟ ਹੋ ਸਕਦੀ ਨੇ ਤੁਹਾਨੂੰ ਅੰਦਾਜ਼ਾ ਲੱਗ ਜੀ ਕਿੱਥੋਂ ਤੱਕ ਜਿਹੜੇ ਰਿਵਾਰਡ ਪਹੁੰਚ ਚੁੱਕੇ ਨੇਗੇ ਦੇਣੀ ਫਸਟ ਆਪਣੀ ਪੀਪੀਆ ਟੈਮਲਾਈਨ ਹੈਗੀ ਆਪਣੇ 뷰ਅਰ ਨੇ ਇੰਸਟਾਗ੍ਰਾਮ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਆਪਾਂ ਨੇ ਨਾਲ ਆਪਣਾ ਜਿਹੜਾ ਉਹਨਾਂ ਨੇ ਆਪਦਾ ਰਿਜ਼ਲਟ ਆ ਉਹ ਸ਼ੇਅਰ ਕੀਤਾ ਸੀਗਾ ਜਿਸ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਲੱਗਦੀ ਹੈਗੀ 27 ਨਵੰਬਰ ਨੂੰ ਹਨਾ ਇਹਨਾਂ ਨੇ ਜਿਹੜਾ ਮੈਡੀਕਲ ਕਰਵਾਇਆ ਸੀ ਉਹ 25 ਮਾਰਚ 2021 ਨੂੰ ਜਿਹੜਾ ਹੈਗਾ ਇਹਨਾਂ ਦਾ ਅਪਡੇਟ ਹੁੰਦਾ ਤੇ ਫਿਰ ਬਾਅਦ ਜਿਹੜਾ ਹੈ ਇਹਨਾਂ ਦਾ ਮੈਡੀਕਲ ਰਿਮੂਵ ਹੋ ਜਾਂਦਾ 5 ਦਿਨਾਂ ਬਾਅਦ 30 ਮਾਰਚ 2021 ਨੂੰ ਦੇ ਦੋਸ ਸੈਕੰਡ ਡਾਟਾ ਫਰੰਟ ਮੈਡੀਕਲ ਇਹਨਾਂ ਦਾ ਲੱਗਦਾ ਮਈ 1 2021 ਨੂੰ ਫਿਰ ਅਪਡੇਟ ਹੁੰਦਾ ਸਤ ਇਹਨਾਂ ਦੇ ਹੀ ਇਹਨੇ ਜਿਹੜੇ ਅਪਡੇਟ ਹੋ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਬੈਕਫਾਰਮ ਅਰੇਂਜ ਕਰਦੇ ਨੇ ਤੇ ਈਮੇਲਸ ਕਰਦੇ ਨੇ ਕੋਈ ਉਹਨਾਂ ਦਾ ਅਪਡੇਟ ਜਿਹੜਾ ਉਹਨਾਂ ਨੂੰ ਨਹੀਂ ਮਿਲਦਾ ਜਿਹੜੇ ਕੇਵਸ ਉਹਨੜੇ ਇਹ ਅਪਲਾਈ ਕਰਦੇ ਨੇ 15 ਫੈਬ 2022 ਨੂੰ ਤੇ ਫਾਈਨਲੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਹੈਗਾ ਇਹਨਾਂ ਨੂੰ ਵੀਜ਼ਾ ਮਿਲ ਚੁੱਕਿਆ 18 ਫੈਬ 2022 ਨੂੰ ਜਿਹੜੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਹੈ ਜਿਹੜੀ ਉਹ ਰਿਸੀਵ ਹੋ ਚੁੱਕੀ ਹੈਗੀ ਤੇ ਨੈਕਸਟ ਜਿਹੜੀ ਪੀਪੀਆਰ ਟਾਈਮਲਾਈਨ ਹੈਗੀ ਆ ਉਹਨਾਂ ਨੇ ਸ਼ੇਅਰ ਕਰ ਦਿੰਨਾ ਕਿ ਉਹਨਾਂ ਦੀ ਜਿਹੜੀ ਫਾਈਲ ਲੱਗਦੀ ਹੈ 16 ਅਕਤੂਬਰ 2020 ਨੂੰ ਲ ਕਿਰ ਹੁੰਦੀ ਆ ਤੇ ਮੈਡੀਕਲ ਪਹਿਲਾਂ ਹੀ ਇਹਨਾਂ ਦਾ ਲਗਾਤਾ ਸੀ ਇਹਨਾਂ ਨੇ ਐਕਸਪਾਇਰ ਹੋ ਹੁਣ ਹੋ ਗਿਆ ਸੀਗਾ ਮਤਲਬ 21 ਦਸੰਬਰ 2021 ਨੂੰ ਇਹ ਨਦੀ ਇਹਨਾਂ ਦੀ ਪੀਪੀਆਰ ਆ ਰਹੀ 19 ਫਰਵਰੀ 2022 ਨੂੰ ਆ ਚੁੱਕਿਆ ਨੇ ਸ਼ਾਇਦ ਜਨਵਰੀ ਹੈ ਜਿਹੜਾ ਉਹ ਭੁੱਲ ਕੇ ਲਿਖਤਾ 19 ਫਰਵਰੀ 2022 ਜਿਹੜੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਆ ਚੁੱਕਿਆ ਤੁਸੀਂ ਇਹਨਾਂ ਦੇ ਜਿਹੜਾ ਹੈਗਾ ਜਿਸਕੀ ਦਾ ਸਕਰੀਨਸ਼ਾਟ ਵੀ ਜਿਹੜਾ ਆਪਦੀ ਸਕਰੀਨ ਦੇ ਉੱਤੇ ਜਿਹੜਾ ਦੇਖ ਸਕਦੇ ਹੋਗੇ ਨੈਕਸਟ ਜਿਹੜੀ ਪੀਪੀਆਰ ਟਾਈਮ ਨਾਲ ਹੈ ਕਿ ਇਹਨਾਂ ਦੀ ਜਿਹੜੀ ਫਾਈਲ ਲੱਗੀ ਹੈ ਮਾਰਚ 18 2021 ਨੂੰ ਲੱਗਦੀ ਹੈਗੀ ਤੇ ਉਸ ਤੋਂ ਬਾਅਦ origignal ਪਾਸਪੋਰਟ ਰਿਕਵੈਸਟ ਜਿਹੜੀ ਫਰਵਰੀ 24 2022 ਨੂੰ ਜਿਹੜੀ ਇਹਨਾਂ ਨੂੰ ਰਿਸੀਵ ਹੁੰਦੀ ਹੈਗੀ ਤਾਂ ਹੁਣ ਕਿਤੇ ਨਾ ਕਿਤੇ 24 ਦੀ ਫਾਈਲ ਲੱਗਦੀ ਹੈਗੀ ਤੇ ਫਰਵਰੀ 24 2022 ਨੂੰ ਜਿਹੜੀ ਹੈਗੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਜਿਹੜੀ ਰিসিਵ ਹੋ ਰਹੀ ਹੈਗੀ ਤਾਂ ਹੁਣ ਆਪਾਂ ਮੰਨ ਨਹੀਂ ਸਕਦੇ ਕਿ ਹੁਣ ਮਾਰਚ ਜਿਹੜਾ ਸ਼ੁਰੂ ਹੋ ਗਿਆ ਤੇ ਨੈਕਸਟ ਫਾਈਲ ਵੀ ਜਿਹੜੀ ਹੈਗੀ ਮਾਰਚ 19 ਦੀ ਹੈਗੀ ਆ ਤੇ ਫਰਵਰੀ 23 ਨੂੰ ਜਿਹੜੀ ਹੈਗੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਜਿਹੜੀ ਟਾਈਮ ਲਾਈਨ ਦੇਖਣ ਨੂੰ ਮਿਲ ਜਾਂਦੀ ਹੈ ਪੀਪੀਆਰ ਜਿਹੜੀ ਰਿਕੁਐਸਟ ਆ ਉਹ ਇਹਨਾਂ ਨੂੰ ਆ ਜਾਂਦੀ ਹੈਗੀ ਤੇ ਨੈਕਸਟ ਜਿਹੜੀ ਐਪਲੀਕੇਸ਼ਨ ਹੈਗੀ ਹੈ ਨੀ ਜਨਵਰੀ 16 ਨੂੰ ਲੱਗਦੀ ਆ ਤੇ 24 ਫਰਵਰੀ ਨੂੰ ਜਿਹੜੀ ਹੈਗੀ ਇਹਨਾਂ ਨੂੰ ਵੀ ਇਹਨਾਂ ਦੀ ਪੀਪੀਆਰ ਜਿਹੜੀ ਉਹ ਦੇ ਕੈਰਿਸ ਕੋ ਤਾਂ ਕਰਵਾਟਾ ਹੋਗਾ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ ਨੈਕਸਟ ਫਾਈਲ ਵੀ ਹੈਗੀ ਐ ਮਾਰਚ 18 ਦੀ ਹੈਗੀ ਐ ਤੇ ਫਰਵਰੀ 24 ਨੂੰ ਜਿਹੜੀ ਹੈਗੀ ਐ ਇਹਨਾਂ ਨੂੰ ਵੀ ਇਹਨਾਂ ਦੀ ਪੀਪੀਆਰ ਜਿਹੜੀ ਹੈ ਉਹ ਦੇਖਣ ਨੂੰ ਮਿਲ ਚੁੱਕੀ ਹੈ ਤੇ ਨੈਕਸਟ ਫਾਈਲ ਸਤੰਬਰ 6 2021 ਦੀ ਹੈਗੀ ਐ ਮਤਲਬ ਕਿ 6 ਸਤੰਬਰ 2021 ਦੀ ਹੈਗੀ ਐ ਤੇ ਇਹ ਐਪਲੀਕੇਸ਼ਨ ਸਪਾਊਸਲ ਓਪਨਿੰਗ ਦੀ ਹੈਗੀ ਐ ਤਾਂ ਕਿਤਨੇ ਅੱਗੇ ਤੇ ਆਪਾਂ ਕਹਿ ਸਕਦੇ ਆ ਕਿ ਰੈਂਡਮਲੀ ਫਾਈਲਸ ਵੀ ਪਿਕ ਹੋਰੀਆਂ ਨੇਗੀਆਂ ਉਸ ਦੇ ਵਿੱਚ ਫਰਵਰੀ 19 2022 ਨੂੰ ਜਿਹੜੀ ਹੈਗੀ ਇਹਨਾਂ ਨੂੰ ਇਹਨਾਂ ਦੀ ਪੀਪੀਆਰ ਜਿਹੜੀ ਉਹ ਰਿਸੀਵ ਹੋ ਚੁੱਕੀ ਹੈਗੀ ਤਾਂ ਬਾਕੀ ਜੇ ਉਹਨੂੰ ਹੋਰ ਦੱਸ ਦੇਵਾਂ ਇੱਕ ਵੀਰ ਨੇ ਆਪਣਾ ਡਾਟਾ ਸ਼ੇਅਰ ਕੀਤਾ ਸੀ ਕਿ ਉਹਦੇ ਏਜੰਟ ਲਵੇ ਜਿਸ ਦਿਨ ਉਹਦੀ ਪੀਪੀਆਰ ਆਈ ਸੀ ਉਸ ਦਿਨ 32 ਫਾਈਲਸ ਦੇ ਜਿਹੜੇ ਅਪਡੇਟ ਆਏ ਸੀਗੇ ਜਿਸ ਦੇ ਵਿੱਚ ਉਹਨੇ ਕਿਹਾਗਾ ਕਿ 18 ਨੂੰ ਜਿਹੜੇ ਵੀਜ਼ਾ ਮਿਲੇ ਸੀਗੇ ਤੇ 11 ਨੂੰ ਡਾਕੂਮੈਂਟ ਰਿਕੁਐਸਟ ਆਈ ਸੀ 3 ਨੂੰ ਜਿਹੜੀ ਹੈਗੇ ਆ ਮੈਡੀਕਲ ਰਿਕੁਐਸਟ ਆਈ ਸੀਗੀ ਤੇ ਇੱਕ ਬੰਦੇ ਨੂੰ ਜਿਹੜੀ ਹੈਗੀ ਉਹਨੂੰ ਰਿਫਿਊਜ਼ਲ ਦੇਖਣ ਨੂੰ ਮਿਲੀ ਸੀ ਤਾਂ ਤੁਸੀਂ ਇੱਥੇ ਉਹਨਾਂ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਐਮਬੈਸੀ ਕਿਸ ਤਰ੍ਹਾਂ ਪੋਜ਼ਿਟਿਵ ਰਵਈਆ ਜਿਹੜਾ ਇੱਕ ਬਣਾਰੀ ਹੈ ਤੇ ਜਿਹੜੀਆਂ ਰਿਫਿਊਜ਼ਲਸ ਨੇ ਉਹ ਬਹੁਤ ਘੱਟ ਰਹੀਆਂ ਜਿਹੜੀਆਂ ਪੀਪੀਆ ਟਾਈਮਲਾਈਨਸ ਸੀ ਆਪਣੇ ਲਈ ਵੀ ਆਈਆਂ ਸੀ ਇਹ ਤੁਹਾਨੂੰ ਸ਼ੇਅਰ ਕਰਨੀਆਂ ਸੀਗੀਆਂ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਦੇ ਤਾਂ ਜੋ ਅੱਗੇ ਤੋਂ ਵੀ ਸਾਡੇ ਲਈ ਹੋਰ ਪੀਪੀਆ ਟਾਈਮਲਾਈਨਸ ਨੇ ਜਿਵੇਂ ਲੈ ਕੇ ਆ ਸਕਾਂ ਆ ਸਿਰਫ ਇਨਾ ਕਿ ਜੀ ਥੈਂਕ ਯੂ